ਇਹ ਇਲੈਕਟ੍ਰੀਕਲ ਇੰਜੀਨੀਅਰਿੰਗ ਐਗਜ਼ਾਮਸ ਦੀ ਤਿਆਰੀ ਦੇ ਲਈ 6 ਲੈਕਚਰ ਹੈ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਸਰਕਟ 엘ਿਮੈਂਟਸ ਦੇ ਬਾਰੇ ਲੇਟੈਸਟ ਇਨਫੋਰਮੇਸ਼ਨ ਤੇ ਅਪਡੇਟਸ ਦੇ ਲਈ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਜੀ ਤੇ ਸਾਡੀ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਜੀ ਤੇ ਇਹਨਾਂ ਦੋਨਾਂ ਦੇ ਲਿੰਕ ਜਿਹੜੇ ਆ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਬੇਸਿਕਲੀ ਜੋ ਇਲੈਕਟ੍ਰੀਕਲ ਇੰਜੀਨੀਅਰਿੰਗ ਹੈ ਇਹਦੇ ਵਿੱਚ ਤਿੰਨ ਸਰਕਟ 엘ਮੈਂਟਸ ਹੁੰਦੇ ਨੇ ਮਤਲਬ ਤਿੰਨ 엘ਮੈਂਟਸ ਹੁੰਦੇ ਨੇ 엘ਮੈਂਟਸ ਕਹ ਲਓ ਜਾਂ ਪੈਰਾਮੀਟਰਸ ਕਹ ਲਓ ਤਿੰਨ ਤਰ੍ਹਾਂ ਦੇ ਹੋਣਗੇ ਕਿਹੜੇ ਕਿਹੜੇ ਹੋਣਗੇ ਇੱਕ ਹੋਏਗਾ ਰਜਿਸਟਰਸ ਠੀਕ ਹੈ ਕਿਹੜੇ ਕਿਹੜੇ ਸਰਕਟ 엘ਮੈਂਟਸ ਹੋਣਗੇ ਰਜਿਸਟਰਸ ਹੋਣਗੇ ਇੰਡਕਟਰਸ ਹੋਣਗੇ ਤੇ ਕੈਪੈਸਟਰਸ ਹੋਣਗੇ ਠੀਕ ਹੈ ਕੋਈ ਵੀ ਜਿਹੜਾ ਸਾਡਾ ਸਰਕਟ ਹੈ ਉਹ ਇਹਨਾਂ ਤਿੰਨਾਂ 엘ਿਮੈਂਟਸ ਤੋਂ ਮਿਲ ਕੇ ਬਣਿਆ ਹੋਏਗਾ ਜਾਂ ਫਿਰ ਕੱਲੇ ਰਜਿਸਟਰ ਵੀ ਲੱਗੇ ਹੋ ਸਕਦੇ ਮੀਨਸ ਇਹ ਤਿੰਨ ਮੀਨ 엘ਿਮੈਂਟਸ ਹੁੰਦੇ ਨੇ ਇਹ ਜਿਹੜੇ ਤਿੰਨੇ 엘ਿਮੈਂਟਸ ਨੇ ਇਹ ਬਾਈਲੈਟਰਲ ਨੇ ਬਾਈਲੈਟਰਲ ਕਲੀਅਰ ਹੁਣ ਬਾਈਲੈਟਰਲ ਦਾ ਮਤਲਬ ਕੀ ਹੈ ਜਿਵੇਂ ਕਿ ਗੱਲ ਕਰਦੇ ਆਂ ਰਜਿਸਟਰ ਦੀ ਠੀਕ ਹੈ ਰਜਿਸਟਰ ਦਾ ਸਿੰਬਲ ਇਹ ਹੋਏਗਾ ਠੀਕ ਹੈ ਨੂੰ ਆਰ ਦੇ ਨਾਲ ਆਪਾਂ ਰਿਪਰੈਜ਼ੈਂਟ ਕਰਾਂਗੇ ਉਸ ਤੋਂ ਬਾਅਦ ਏ ਕੀ ਹੈ ਸਾਡੇ ਕੋਲ ਇੰਡੈਕਟਰ ਏ ਜਿਹਨੂੰ ਐਲ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਤੇ ਤੀਸਰਾ ਐਲੀਮੈਂਟ ਹੈਗਾ ਇਹ ਸਾਡੇ ਕੋਲ ਕੈਪੈਸਟਰ ਜਿਹਦਾ ਏ ਸਿੰਬਲ ਹੋਏਗਾ ਓਕੇ ਤੇ ਇਹਨੂੰ ਆਪਾਂ ਸੀ ਦੇ ਨਾਲ ਡਿਨੋਟ ਕਰਾਂਗੇ ਜਾਂ ਫਿਰ ਰਿਪਰੈਜ਼ੈਂਟ ਕਰਾਂਗੇ ਕਲੀਅਰ ਏ ਕੀ ਹੈ ਰੈਜ਼ਿਸਟਰ ਏ ਕੀ ਹੈ ਇੰਡੈਕਟਰ ਤੇ ਥਰਡ ਵਨ ਇਜ਼ ਅ ਕੈਪੈਸਟਰ ओके ਬਾਈ ਲੈਟਰਲ ਬਾਈ ਲੈਟਰਲ ਦਾ ਮਤਲਬ ਸਮਝੀਏ ਕਿ ਜਿੱਦਾਂ ਮੰਨ ਲਓ ਇਹ ਸਾਡੇ ਕੋਲ ਰਜਿਸਟਰ ਹੈ ਭਾਵੇਂ ਕਰੰਟ ਦੀ ਡਾਇਰੈਕਸ਼ਨ ਇਸ ਤਰਫ ਹੋਵੇ ਜਾਂ ਫਿਰ ਕਰੰਟ ਦੀ ਡਾਇਰੈਕਸ਼ਨ ਇਸ ਤਰਫ ਹੋਵੇ ਇਹ ਜਿਹੜੇ ਕੈਰੈਕਟਰਿਸਟਿਕਸ ਇਸ ਹੋਣਗੇ ਰਜਿਸਟਰ ਦੇ ਇਹ ਚੇਂਜ ਨਹੀਂ ਹੋਣਗੇ ਓਕੇ ਇਸੇ ਤਰੀਕੇ ਦੇ ਨਾਲ ਜਿਹੜਾ ਇੰਡਕਟਰੀ ਕਪੈਸਿਟਰੀ ਇਹਨਾਂ ਦੇ ਵਿੱਚ ਵੀ ਜਿਹੜਾ ਕਰੰਟ ਹੈ ਭਾਵੇਂ ਤੁਸੀਂ ਏ ਤੋਂ ਬੀ ਵੱਲ ਫਲੋ ਕਰਾ ਲਓ ਜਾਂ ਫਿਰ ਬੀ ਤੋਂ ਏ ਵੱਲ ਫਲੋ ਕਰਾ ਲਓ ਉਹਦੇ ਵਿੱਚ ਕੋਈ ਵੀ ਫਰਕ ਨਹੀਂ ਪਏਗਾ ਮਤਲਬ ਜਿਹੜੇ ਉਹਦੇ ਸਰਕਟ ਦੇ ਪੈਰਾਮੀਟਰਸ ਨੇ ਪੈਰਾਮੀਟਰਸ ਕਹ ਲਓ ਜਾਂ ਫਿਰ ਕੈਰੈਕਟੈਰਿਸਟਿਕਸ ਕਹ ਲਓ ਉਹ ਚੇਂਜ ਨਹੀਂ ਹੋਣਗੇ ਮਤਲਬ ਦੋਨੋਂ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਕਰ ਸਕਦਾ ਹੈ ਭਾਵੇਂ ਏ ਤੋਂ ਬੀ ਵੱਲ ਫਲੋ ਕਰਾ ਲਓ ਜਾਂ ਫਿਰ ਬੀ ਤੋਂ ਏ ਵੱਲ ਉਸ ਚੀਜ਼ ਨੂੰ ਕਹਿੰਦੇ ਨੇ ਬਾਈਲੇਟਰਲ ਜੇ ਮੰਨ ਲਓ ਕਰੰਟ ਸਿਰਫ ਇਸ ਡਾਇਰੈਕਸ਼ਨ ਨੂੰ ਫਲੋ ਕਰੇ ਇਸ ਡਾਇਰੈਕਸ਼ਨ ਵੱਲ ਨਾ ਫਲੋ ਕਰੇ ਉਹਨੂੰ ਕਹਿੰਦੇ ਨੇ ਯੂਨੀਲੇਟਰਲ ਕੀ ਕਹਿੰਦੇ ਨੇ ਉਹਨੂੰ ਯੂਨੀਲੇਟਰਲ ਇਸ ਕਰਕੇ ਜਿਹੜੇ ਸਰਕਟ ਐਲੀਮੈਂਟ ਜਿਹੜੇ ਆਪਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਪੜਾਂਗੇ ਉਹ ਕਿਹੜੇ ਹੋਣਗੇ ਮੇਨ ਰੈジਸਟਰਸ ਇੰਡਕਟਰਸ ਤੇ ਕੈਪੈਸਟਰਸ ਤੇ ਇਹ ਕੀ ਨੇ ਤਿੰਨੋਂ ਐਲੀਮੈਂਟਸ ਇਹ ਤਿੰਨੋਂ ਐਲੀਮੈਂਟਸ ਹੈਗੇ ਨੇ ਬਾਈਲੇਟਰਲ ਓਕੇ ਇੱਕ ਤੇ ਬਾਈਲੇਟਰਲ ਨੇ ਦੂਸਰੇ ਇਹ ਤਿੰਨੋਂ ਐਲੀਮੈਂਟਸ ਪੈਸਿਵ ਐਲੀਮੈਂਟਸ ਨੇ ਪੈਸਿਵ ਠੀਕ ਹੈ ਪੈਸਿਵ ਐਲੀਮੈਂਟਸ ਨੇ ਹੁਣ ਪੈਸਿਵ ਐਲੀਮੈਂਟਸ ਦਾ ਮਤਲਬ ਆ ਕਿ ਇਹ ਸਿਰਫ એનર્ਜੀ ਨੂੰ ਰਿਸੀਵ ਕਰਦੇ ਨੇ એનર્ਜੀ ਡਿਲੀਵਰ ਨਹੀਂ ਕਰਦੇ ਠੀਕ ਹੈ ਇਹ એનર્ਜੀ ਨੂੰ ਰਿਸੀਵ ਕਰਦੇ ਨੇ ਡਿਲੀਵਰ ਨਹੀਂ ਕਰਦੇ ਕਲੀਅਰ ਦੋ ਤਰ੍ਹਾਂ ਦੇ ਐਲੀਮੈਂਟ ਹੁੰਦੇ ਨੇ ਇੱਕ ਹੁੰਦੇ ਨੇ ਐਕਟਿਵ ਇੱਕ ਹੁੰਦੇ ਨੇ ਪੈਸਿਵ ਐਕਟਿਵ ਐਲੀਮੈਂਟ ਜਿਹੜੇ ਹੁੰਦੇ ਨੇ ਉਹ ਕੈਪੇਬਲ ਹੁੰਦੇ ਨੇ ਇਲੈਕਟ੍ਰੀਕਲ એનર્ਜੀ ਨੂੰ ਡਿਲੀਵਰ ਕਰਨ ਦੇ ਵਿੱਚ ਠੀਕ ਹੈ ਉਹ ਇਲੈਕਟ੍ਰੀਕਲ એનર્ਜੀ ਨੂੰ ਡਿਲੀਵਰ ਕਰ ਸਕਦੇ ਨੇ ਤੇ ਇਹਨਾਂ ਦੀ ਐਗਜ਼ਾਮਪਲ ਹੁੰਦੀ ਏ ਕਰੰਟ ਸੋਰਸ ਤੇ વોલ્ਟੇਜ ਸੋਰਸ ਇਹਨਾਂ ਦੀ ਐਗਜ਼ਾਮਪਲ ਕਿਹੜੀ ਏ ਕਰੰਟ ਸੋਰਸ ਤੇ ਵੋਲਟੇਜ ਸੋਰਸ ਵੋਲਟੇਜ ਸੋਰਸ ਦੀ ਗੱਲ ਕੀਤੀ ਜਾਵੇ ਬੈਟਰੀ ਠੀਕ ਹੈ ਬੈਟਰੀ ਠੀਕ ਹੈ ਬੈਟਰੀ ਇਹਦੀ ਜਿਹੜੀ ਆ ਪਰਫੈਕਟ ਐਗਜ਼ਾਮਪਲ ਏ ਠੀਕ ਹੈ ਬੈਟਰੀ ਦੇ ਵਿੱਚ એનર્ਜੀ ਸਟੋਰ ਹੁੰਦੀ ਏ ਤੇ ਜਿਹਦੇ ਜਦੋਂ ਇਹਦੇ ਨਾਲ ਆਪਾਂ ਕੋਈ ਅ ਅਪਲਾਈਂਸ ਜਾਂ ਕੋਈ ਡਿਵਾਈਸ ਨੂੰ ਕਨੈਕਟ ਕਰਦੇ ਆਂ ਤੇ ਕਰੰਟ ਉਸ ਡਿਵਾਈਸ ਜਾਂ ਅਪਲਾਈਂਸ ਦੇ ਵਿੱਚੋਂ ਫਲੋ ਹੋਣਾ ਸ਼ੁਰੂ ਹੋ ਜਾਂਦਾ ਏ ਇਸ ਕਰਕੇ ਉਹ ਐਕਟਿਵ ਐਲੀਮੈਂਟ ਨੇ ਠੀਕ ਹੈ ਸਰਕਟ 엘ਿਮੈਂਟਸ ਦੇ ਵਿੱਚ ਆਪਾਂ ਪੜ੍ਹਨੇ ਕਿਹੜੇ ਨੇ ਹੁਣ ਇਸ ਲੈਕਚਰ ਚ ਜੂ ਡਿਸਕਸ ਕਰਾਂਗੇ ਉਹ ਹੋਣਗੇ ਪੈਸਿਵ 엘ਿਮੈਂਟਸ ਠੀਕ ਹੈ ਪੈਸਿਵ 엘ਿਮੈਂਟਸ ਠੀਕ ਹੈ 엘ਿਮੈਂਟਸ ਇਹਨੂੰ ਕਰ ਦਈਏ ਪੈਸਿਵ 엘ਿਮੈਂਟਸ ਇੱਥੇ ਇਲੈਕਟ੍ਰੀਕਲ ਲਿਖਿਆ ਗਿਆ ਪੈਸਿਵ 엘ਿਮੈਂਟਸ ਤੇ ਇਹ ਕਿਹੜੇ ਨੇ ਐਕਟਿਵ 엘ਿਮੈਂਟਸ ਕਲੀਅਰ ਇਹ ਛੋੜੀਆਂ ਛੋੜੀਆਂ ਚੀਜ਼ਾਂ ਨੇ ਇਹਦੇ ਵਿੱਚੋਂ ਹੀ ਪੇਪਰ ਜਿਹੜਾ ਵਾ ਤੁਹਾਨੂੰ ਪੁੱਛਿਆ ਜਾਂਦਾ ਵਾ ਤੇ ਤੇ ਕਈ ਵਾਰ ਇਹ ਦਿਮਾਗ 'ਚ ਨਹੀਂ ਰਹਿੰਦੀਆਂ ਠੀਕ ਹੈ ਇੱਕ ਤਾਂ ਤੁਹਾਨੂੰ ਪਤਾ ਇਹ ਹੋਣਾ ਚਾਹੀਦਾ ਵਾ ਰਜਿਸਟਰ ਕਪੈਸਟਰ ਤੇ ਇੰਡਕਟਰ ਪੈਸਿਵ ਐਲੀਮੈਂਟਸ ਨੇ ਤੇ ਬਾਈਲੈਟਰਲ ਐਲੀਮੈਂਟਸ ਕਲੀਅਰ ਸਟਾਰਟ ਕਰਦੇ ਆਪਾਂ ਰਜਿਸਟਰ ਤੋਂ ਰਜਿਸਟਰ ਰਿਸਿਸਟਰ ਤੋਂ ਸਟਾਰਟ ਕਰਦੇ ਆ ਓਕੇ ਰਿਸਿਸਟਰ ਕੀ ਹੁੰਦਾ ਏ ਇੱਕ ਕੰਪੋਨੈਂਟ ਏ ਐਲੀਮੈਂਟ ਏ ਜਿਹੜਾ ਕਰੰਟ ਨੂੰ ਅਪੋਜ਼ ਕਰਦਾ ਏ ਅਪੋਜ਼ ਜੋ ਕਰਦਾ ਪਿਆ ਉਹ ਇਹਦੀ ਪ੍ਰੋਪਰਟੀ ਏ ਜਿਹਨੂੰ ਆਪਾਂ ਰਿਸਿਸਟੈਂਸ ਕਹਿੰਦੇ ਆ ਠੀਕ ਹੈ ਰਿਸਿਸਟਰ ਲਿਮਿਟਸ ਦੀ ਲਿਮਿਟਸ ਦੀ ਫਲੋ ਆਫ ਇਲੈਕਟ੍ਰਿਕ ਕਰੰਟ ਫਲੋ ਆਫ ਇਲੈਕਟ੍ਰਿਕ ਕਰੰਟ ਠੀਕ ਹੈ ਰਜਿਸਟਰ ਕੀਏ ਇੱਕ ਕੰਪੋਨੈਂਟ ਹੈ ਠੀਕ ਹੈ ਜਿਹੜੀ ਇਹਦੇ ਵਿੱਚ ਪ੍ਰੋਪਰਟੀ ਹੋਏਗੀ ਜਿਹਦੇ ਕਰਕੇ ਕਰੰਟ ਜਿਹੜਾ ਆਪੋਜ਼ ਹੋ ਰਿਹਾ ਜਾਂ ਲਿਮਟ ਹੋ ਰਿਹਾ ਹੈ ਠੀਕ ਹੈ ਉਹਨੂੰ ਆਪਾਂ ਕਹਿੰਦੇ ਆ ਰੈਜ਼ਿਸਟੈਂਸ ਕੰਪੋਨੈਂਟਸ ਠੀਕ ਹੈ ਰਜਿਸਟਰ ਦਾ ਕੰਮ ਕੀ ਹੁੰਦਾ ਹੈ ਇਹ ਕਰੰਟ ਨੂੰ ਰੋਕਦਾ ਹੈ ਠੀਕ ਹੈ ਜਿੱਥੇ ਸਾਨੂੰ ਕਰੰਟ ਨੂੰ ਰੋਕਣ ਦੀ ਜ਼ਰੂਰਤ ਹੈ ਜਾਂ ਮਤਲਬ ਆਪਾਂ ਸਪੋਜ਼ ਕਰੋ ਪਿੱਛੋਂ ਕਰੰਟ ਜਿਹੜਾ ਵਾ ਉਹ ਜਿਆਦਾ ਆ ਰਿਹਾ ਇਹਨੂੰ ਆਪਾਂ ਕੋ ਮਤਲਬ ਜੇ ਵੋਲਟੇਜ ਡ੍ਰੌਪ ਕਰਾਉਣੇ ਹੋਣ ਸਰਕਟ ਦੇ ਵਿੱਚ ਤੇ ਉਹ ਉਸ ਜਗ੍ਹਾ ਦੇ ਉੱਤੇ ਆਪਾਂ ਰਜਿਸਟਰ ਦਾ ਯੂਜ਼ ਕਰਾਂਗੇ ਕਲੀਅਰ ਉੱਥੇ ਕਿ ਕਿਸ ਚੀਜ਼ ਦਾ ਯੂਜ਼ ਕਰਾਂਗੇ ਆਪਾਂ ਰਜਿਸਟਰ ਦਾ ਯੂਜ਼ ਕਰਾਂਗੇ ਤੇ ਰਜਿਸਟਰ ਦਾ ਸਿੰਬਲ ਤੁਸੀਂ ਇਹ ਦੇਖ ਸਕਦੇ ਜੀ ਠੀਕ ਹੈ ਇਹਦੇ ਵਿੱਚ ਜਿਹੜਾ ਕਰੰਟ ਫਲੋ ਕਰੇਗਾ ਉਹ ਕਿਹੜਾ ਕਰੇਗਾ ਉਹ ਕਰੰਟ ਆਈ ਫਲੋ ਕਰੇਗਾ ਠੀਕ ਹੈ ਆਈ ਕੀ ਹੈ ਫੰਕਸ਼ਨ ਟਾਈਮ ਦਾ ਹੈ ਟਾਈਮ ਦਾ ਫੰਕਸ਼ਨ ਹੁੰਦਾ ਮਤਲਬ ਟਾਈਮ ਦੇ ਨਾਲ ਫਲੋ ਕਰਦਾ ਹੈ ਠੀਕ ਹੈ ਤੇ ਇੱਕ ਕਦੋਂ ਫਲੋ ਕਰੇਗਾ ਕਰੰਟ ਜਦੋਂ ਆਪਾਂ ਇਹਨੂੰ ਵੋਲਟੇਜ ਵੀ ਦਵਾਂਗੇ ਜਦੋਂ ਅਸੀਂ ਵੋਲਟੇਜ ਵੀ ਦਵਾਂਗੇ ਉਸ ਟਾਈਮ ਕਰੰਟ ਜਿਹੜਾ ਆਈ ਇਸ ਰਜਿਸਟਰ ਦੇ ਵਿੱਚੋਂ ਫਲੋ ਕਰੇਗਾ ਇਨੂੰ ਫਿਰ ਆਪਾਂ ਕਿਸ ਤਰੀਕੇ ਨਾਲ ਲਿਖ ਸਕਦੇ ਆ ਇਹਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਆ V T T ਓਕੇ ਇਸ ਇਕੁਅਲ ਟੂ R ਇਥੇ স্মਲ ਆਈ ਆਏਗਾ I ਤੇ T ਓਕੇ ਜਾਂ ਸਿੰਪਲੀ ਹੁਣ T ਦੇ ਨਾਲ T ਕੈਨਸਲ ਹੋ ਗਿਆ ਤੇ ਆਪਾਂ ਇਹਨੂੰ ਸਿੰਪਲੀ ਇਸ ਤਰ੍ਹਾਂ ਵੀ ਲਿਖ ਸਕਦੇ ਆ R ਇਕੁਅਲ ਟੂ R ਕੀ ਇਹ ਸਾਡੇ ਕੋਲ ਰਜਿਸਟਰ ਠੀਕ ਹੈ ਤੇ B I v/i ਇਹਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਹੁਣ ਜਿਹੜੇ ਪਾਵਰ लॉस ਹੋਣਗੇ ਰਜਿਸਟਰ ਦੇ ਵਿੱਚ ਪਾਵਰ ਪਾਵਰ ਲਾਸ ਇਨ ਇਨ ਰਜਿਸਟਰ ਜਿਹੜੇ ਪਾਵਰ ਲਾਸ ਹੋਏਗੀ ਰਜਿਸਟਰ ਦੇ ਵਿੱਚ ਉਹ ਕੀ ਦੇ ਇਕੁਅਲ ਆ ਜਾਏਗੀ ਪੀ ਇਕੁਅਲ ਟੂ ਵੀ ਇੰਟੂ ਆਈ ਹੁਣ ਆਪਾਂ ਲਾਸਟ ਲੈਕਚਰ ਦੇ ਵਿੱਚ ਓਮਜ਼ ਲਾ ਪੜਿਆ ਸੀ ਠੀਕ ਹੈ ਓਮਜ਼ ਲਾ ਤੇ ਓਮਜ਼ ਲਾ ਦੇ ਵਿੱਚ ਮੈਂ ਕੀ ਦੱਸਿਆ ਸੀ ਤੁਹਾਨੂੰ ਕਿ ਜਿਹੜਾ V ਹੁੰਦਾ ਏ ਉਹ ਕਿਹਦੇ ਇਕੁਅਲ ਹੁੰਦਾ ਏ V ਵੋਲਟੇਜ ਡ੍ਰੌਪ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੈਗਾ IR ਤੇ ਠੀਕ ਹੈ ਹੁਣ ਮੈਂ V ਦੀ ਜਗ੍ਹਾ ਦੇ ਉੱਤੇ IR ਪੁੱਟ ਕਰਾਂਗਾ ਠੀਕ ਹੈ ਇਸ ਫਾਰਮੂਲੇ ਦੇ ਵਿੱਚ ਇਹ ਪਹਿਲਾ ਫਾਰਮੂਲਾ ਬਣ ਗਿਆ ਸਾਡਾ ਹੁਣ ਇਹ ਦੂਸਰਾ ਫਾਰਮੂਲਾ I ਪੁੱਟ ਕਰਤਾ ਠੀਕ ਹੈ 20 ਦੀ ਜਗ੍ਹਾ ਤੇ ਕੀ ਪੁੱਟ ਕਰਦਾ ਹਾਂ ਆਈ ਆਰ ਇੱਥੇ ਕੀ ਪੁੱਟ ਕਰਤਾ ਆਪਾਂ ਆਈ ਆਰ ਮਲਟੀਪਲਾਈ ਬਾਈ ਆਈ ਠੀਕ ਹੈ ਆਈ ਪਹਿਲਾਂ ਆਲਰੇਡੀ ਉਹਦੇ ਵਿੱਚ ਹੈਗਾ ਇਹ ਮਲਟੀਪਲਾਈ ਬਾਈ ਆਈ ਇਹ ਕੀ ਆ ਜਾਏਗਾ ਪੀ ਇਕੁਅਲ ਟੂ ਆਈ ਸਕੁਅਰ ਆਰ ਠੀਕ ਹੈ ਇਹ ਦੂਸਰਾ ਫਾਰਮੂਲਾ ਬਣ ਗਿਆ ਇਹਨੂੰ ਨਾਲ-ਨਾਲ ਨੋਟ ਕਰੀ ਜਾਇਓ ਸਾਰੇ ਫਾਰਮੂਲਸ ਠੀਕ ਹੈ ਹੁਣ ਤੀਸਰਾ ਫਾਰਮੂਲਾ ਤੀਸਰਾ ਫਾਰਮੂਲਾ ਠੀਕ ਹੈ ਜੇ ਸਾਨੂੰ ਪਾਵਰ लॉस ਕੱਢਣੇ ਪੈ ਜਾਣ ਰਜਿਸਟਰ ਦੇ ਵਿੱਚ ਉਹਦੇ ਵਿੱਚ ਜੇ ਵੋਲਟੇਜ ਤੇ ਕਰੰਟ ਦਿੱਤਾ ਹੋਇਆ ਹੈ ਜਿਸਪੋਜ਼ ਕਰੋ ਵੋਲਟੇਜ ਤੇ ਕਰੰਟ ਦਿੱਤਾ ਹੋਇਆ ਤਾਂ ਵੀ ਆਪਾਂ ਪੀ ਫਾਈਂਡ ਕਰ ਸਕਦੇ ਆ ਜੇ ਕਰੰਟ ਤੇ ਰੈਜ਼ਿਸਟੈਂਸ ਦਿੱਤੀ ਹੋਈ ਹੈ ਤਾਂ ਵੀ ਆਪਾਂ ਪੀ ਫਾਈਂਡ ਕਰ ਸਕਦੇ ਆ ਜੇ ਸਾਡੇ ਕੋਲ ਵੋਲਟੇਜ ਤੇ ਰੈਜ਼ਿਸਟੈਂਸ ਦਿੱਤੀ ਹੋਈ ਹੈ ਤਾਂ ਵੀ ਆਪਾਂ ਪੀ ਨੂੰ ਫਾਈਂਡ ਕਰ ਸਕਦੇ ਆ ਪੀ ਇਕੁਅਲ ਟੂ ਵੀ ਇੰਟੂ ਆਈ ਠੀਕ ਹੈ ਆਈ ਨੂੰ ਆਪਾਂ ਦੂਸਰੀ ਸਾਈਡ ਤੇ ਲੈ ਜਾਾਂਗੇ ਵੀ ਬਾਈ ਆਰ ਉਨ ਕੀ ਆ I ਦੀ ਜਗ੍ਹਾ ਤੇ V R ਨੂੰ ਪੁੱਟ ਕਰਾਂਗੇ P V V I ਦੀ ਜਗ੍ਹਾ ਤੇ ਕੀ ਪੁੱਟ ਕਰਤਾ V R ਨੂੰ ਪੁੱਟ ਕਰਤਾ ਇਹ ਕੀ ਆ ਗਿਆ V² R ਠੀਕ ਹੈ ਇਹ ਕੀ ਹੈ ਸਾਡੇ ਕੋਲ ਤੀਸਰਾ ਫਾਰਮੂਲਾ ਬਣ ਗਿਆ ਮਤਲਬ ਕਿ ਤਿੰਨ ਤਰੀਕਿਆਂ ਦੇ ਨਾਲ ਅਸੀਂ ਪਾਵਰ लॉस ਨੂੰ ਰਜਿਸਟਰ ਦੇ ਵਿੱਚੋਂ ਕੱਢ ਸਕਦੇ ਹਾਂ ਕਲੀਅਰ ठीक है नैक्सट की है एनर्जी जी डिसिपेट हो रही है एनर्जी डिसिपेटेड इन रजिस्टर डिसिपेटेड इन रजिस्टर ओके आ जाएगा ई आर ਠੀਕ ਹੈ ਕਿੰਨੇ ਸਮੇਂ ਦੇ ਵਿੱਚ ਕਿਉਂਕਿ ਟਾਈਮ ਦੀ ਗੱਲ ਹੋਏਗੀ T1 T2 ਠੀਕ ਹੈ 파r dt ਇੱਕ ਇਹ એનર્ਜੀ ਆ ਜਿਹੜੀ ਡਿਸਿਪੇਟ ਹੋ ਰਹੀ ਏ ਰੈジਸਟਰ ਦੇ ਵਿੱਚ ਜਾਂ ਸਿੰਪਲੀ ਆਪਾਂ ਇਹਨੂੰ ਇਸ ਤਰੀਕੇ ਨਾਲ ਵੀ ਲਿਖ ਸਕਦੇ ਆ E એનર્ਜੀ P T ਠੀਕ ਹੈ ਇਹਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ ਠੀਕ ਹੈ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸ ਨੂੰ ਕਨੈਕਟ ਕਰ ਦਿੱਤਾ ਜਾਵੇ ਤੇ ਫਿਰ ਕੀ ਹੋਏਗਾ ਠੀਕ ਹੈ ਰੈਜ਼ਿਸਟਰਸ ਇਨ ਸੀਰੀਜ਼ ਰੈਜ਼ਿਸਟਰਸ ਇਨ ਸੀਰੀਜ਼ ਰੈਜ਼ਿਸਟਰਸ ਇਨ ਸੀਰੀਜ਼ ਠੀਕ ਹੈ ਇੱਕ ਰੈジਸਟਰ ਸਾਡੇ ਕੋਲ ਠੀਕ ਹੈ ਉਸ ਤੋਂ ਬਾਅਦ ਇਹ ਦੂਜਾ ਰੈジਸਟਰ ਤੇ ਇਹ ਕੀ ਹੈ ਤੀਸਰੀ ਰੈジਸਟਰ ਹੈ ਓਕੇ ਤੇ ਰੈジਸਟੈਂਸ R1 ਪਹਿਲੀ ਰੈジਸਟੈਂਸ ਹੈ R2 ਦੂਸਰੀ ਰੈジਸਟੈਂਸ ਹੈ ਤੇ ਰੈジਸਟੈਂਸ R3 ਤੀਸਰੀ ਰੈジਸਟੈਂਸ ਹੈ ਓਕੇ ਇਹ ਕੀ ਹੈ ਸਾਡੇ ਕੋਲ V ਕਲੀਅਰ ਤੇ ਇਹ ਸਾਡੇ ਕੋਲ ਕਰੰਟ ਫਲੋ ਕਰਦਾ ਪਿਆ ਹੈ ਠੀਕ ਹੈ ਸੀਰੀਜ਼ ਸਰਕਟ ਦੇ ਵਿੱਚ ਕਰੰਟ ਜਿਹੜਾ ਆਈ ਏ ਠੀਕ ਹੈ ਕਰੰਟ ਆਈ ਏ ਕਰੰਟ ਰਿਮੇਨਸ ਸੇਮ ਕਰੰਟ ਜਿਹੜਾ ਚੇਂਜ ਨਹੀਂ ਹੁੰਦਾ ਠੀਕ ਹੈ ਕਰੰਟ ਜਿਹੜਾ ਕਨਸਟੈਂਟ ਰਹਿੰਦਾ ਹੈ ਸਾਰੇ ਰੈਜ਼ਿਸਟੈਂਸ ਦੇ ਵਿੱਚੋਂ ਇਕੁਅਲੀ ਫਲੋ ਫਲੋ ਕਰੇਗਾ ਮਤਲਬ ਆਰ 1 ਦੇ ਵਿੱਚੋਂ ਵੀ ਕਰੰਟ ਸੇਮ ਫਲੋ ਕਰੇਗਾ ਆਰ 2 ਦੇ ਵਿੱਚ ਵੀ ਸੇਮ ਫਲੋ ਕਰੇਗਾ ਆਰ 3 ਦੇ ਵਿੱਚ ਵੀ ਕਰੰਟ ਸੇਮ ਫਲੋ ਕਰੇਗਾ ਜਦੋਂ ਵੀ ਰਜਿਸਟਰਸ ਜਿਹੜੇ ਸੀਰੀਜ਼ ਦੇ ਵਿੱਚ ਹੋਣਗੇ ਤੇ ਕਰੰਟ ਜਿਹੜਾ ਵਾ ਉਹ ਸੇਮ ਫਲੋ ਕਰੇਗਾ ਰਿਮੇਨਸ ਸੇਮ ਠੀਕ ਹੈ ਵੋਲਟੇਜ ਇਜ਼ ਡਿਵਾਈਡਡ ਸੀਰੀਜ਼ ਸਰਕਟ ਦੇ ਵਿੱਚ ਜਿਹੜੀ ਵੋਲਟੇਜ ਹੁੰਦੀ ਆ ਉਹ ਡਿਵਾਈਡ ਹੁੰਦੀ ਆ ਵੋਲਟੇਜ ਇਜ਼ ਡਿਵਾਈਡਡ ਕਲੀਅਰ ਉਹ ਕਿਸ ਤਰ੍ਹਾਂ ਕਿ ਜਿਹੜੀ ਆ ਵੋਲਟੇਜ ਰਜਿਸਟਰਸ R1 ਦੇ ਕ੍ਰੋਸ V1 ਹੋਏਗੀ R2 ਦੇ ਕ੍ਰੋਸ V2 ਹੋਏਗੀ ਤੇ R3 ਦੇ ਕ੍ਰੋਸ V3 ਹੋਏਗੀ ਠੀਕ ਹੈ ਹੁਣ ਆਪਾਂ ਇਹਨੂੰ ਡਰਾਈਵ ਕਰਦੇ ਹਾਂ V V ਕੀ ਹੈ ਟੋਟਲ ਵੋਲਟੇਜ V1 plus V2 plus V3 ਠੀਕ ਹੈ V ਦੀ ਵੈਲਿਊ ਅਕੋਰਡਿੰਗ ਟੂ ਓਮਜ਼ ਲਾ ਕੀ ਆਏਗੀ ਅਕੋਰਡਿੰਗ ਟੂ ਓਮਜ਼ ਲਾ ਓਮਸਲਾ ਕੀ ਆ ਜੇਗੀ V I R ਠੀਕ ਹੈ V ਦੀ ਜਗ੍ਹਾ ਤੇ ਮੈਂ ਇੱਥੇ ਕੀ ਪੁੱਟ ਕਰ ਦਾਂਗਾ I R ਠੀਕ ਹੈ V1 ਦੀ ਗੱਲ ਕੀਤੀ ਜਾਵੇ I R1 I R2 I R3 ਠੀਕ ਹੈ ਸਿੰਪਲੀ ਕੀ ਆ V ਦੀ ਜਗ੍ਹਾ ਤੇ ਆਪਾਂ IR ਭਰਤੀਏ V ਕੀ ਆ ਵੋਲਟੇਜ ਡ੍ਰੌਪ ਜਿਹੜੀ ਆ ਰਜਿਸਟਰ ਦੇ ਵਿੱਚ ਹੋ ਰਹੀ ਆ ਕਲੀਅਰ ਹੁਣ ਇਹ ਕੀ ਹੈ ਆਰ ਠੀਕ ਹੈ ਆਈ ਆਰ ਆਈ ਕਾਮਨ ਕੱਢ ਲਿਆ ਆਪਾਂ ਆਰ 1 ਆਰ 2 ਆਰ 3 ਆਈ ਨਾ ਆਈ ਕੈਨਸਲ ਆਰ ਕੇ ਦੀ ਇਕੁਅਲ ਆ ਜਾਏਗੀ ਟੋਟਲ ਜਿਹੜੀ ਰੈਜ਼ਿਸਟੈਂਸ ਆ ਉਹ ਕੇ ਦੀ ਇਕੁਅਲ ਆ ਜਾਏਗੀ ਇਹਦੇ ਸਾਰੇ ਸਾਮਦੇ ਠੀਕ ਹੈ ਆਰ 1 ਆਰ 2 ਆਰ 3 ਦੇ ओके क्लियर ਇਸ ਤਰੀਕੇ ਦੇ ਨਾਲ ਜਦੋਂ ਵੀ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸ ਕਨੈਕਟਡ ਹੋਣਗੇ ਆਪਾਂ ਸਿੰਪਲੀ ਕੀ ਹੈ ਸਾਰੀਆਂ ਰੈਜ਼ਿਸਟੈਂਸ ਨੂੰ ਪਲੱਸ ਕਰ ਦੇਣਾ ਹੈ ਤੇ ਉਹ ਜੋ ਵੀ ਆਏਗਾ ਉਹ ਸਾਡਾ ਆਨਸਰ ਹੋਏਗਾ ਨੈਕਸਟ ਕੀ ਹੈ ਰੈਜ਼ਿਸਟੈਂਸ ਇਨ ਪੈਰਲਲ ਰੈਜ਼ਿਸਟਰਸ ਇਨ ਪੈਰਲਲ ਰੈਜ਼ਿਸਟਰਸ ਇਨ parallel ਜਦੋਂ parallel ਦੇ ਵਿੱਚ ਕਨੈਕਟ ਕਰਾਂਗੇ ਰਜਿਸਟਰਸ ਨੂੰ ਫੇਰ ਕੀ ਹੋਏਗਾ ਕਲੀਅਰ ਹੁਣ ਇਸ ਕੇਸ ਦੇ ਵਿੱਚ ਕੀ ਹੋਏਗਾ जड़ा करंट डिवाइड होएगा इन पैलर सर्किट करंट इज डिवाइड करंट इज डिवाइड ठीक है वोल्टेज रिमेन सेम वोल्टेज वोलटेज सेम वोल्टेज जी सारे रजिस्टेंस से अकरस सेम रहेगी एक ही है आर वन आर टू R3 ਜਿਹੜਾ ਕਰੰਟ ਸਾਡਾ I ਫਲੋ ਕਰਦਾ ਪਿਆ ਏ ਉਹ R1 ਦੇ ਵਿੱਚੋਂ I1 ਫਲੋ ਕਰੇਗਾ R2 ਦੇ ਵਿੱਚੋਂ I2 ਫਲੋ ਕਰੇਗਾ ਤੇ R3 ਦੇ ਵਿੱਚੋਂ I3 ਫਲੋ ਕਰੇਗਾ ਮਤਲਬ ਕੀ ਏ ਕਰੰਟ I ਦੇ ਇਕਵਲ ਆ ਗਿਆ ਫਿਰ ਸਾਡੇ ਕੋਲ I1 I2 I3 ਠੀਕ ਹੈ ਅਕੋਰਡਿੰਗ ਟੂ ਓਮਜ਼ ਲਾ ਜੇ ਆਪਾਂ ਗੱਲ ਕਰੀਏ ਤੇ V IR ਹੁੰਦਾ ਏ ਤੇ I ਕੀ ਦੇ ਇਕਵਲ ਆ ਗਿਆ V R ਤੇ ਤੇ ਕੀ ਆ ਜਾਏਗਾ ਸਾਡੇ ਕੋਲ v/r v/r1 ਠੀਕ ਹੈ ਜਿਹੜਾ ਕਰੰਟ i/r1 ਦੇ ਵਿੱਚ ਫਲੋ ਕੀਤਾ ਤੇ ਉਹਦੇ ਵਿੱਚ ਕੀ ਹੋਏਗਾ ਫਿਰ ਕਰੰਟ ਕਿਹਦੇ इक्वल ਆ ਜਾਏਗਾ i1 v/r1 v/r2 v/r3 ਕਲੀਅਰ ਤੇ ਇਹਦੇ ਵਿੱਚ ਕਾਮਨ ਕੀ ਨਿਕਲੇਗਾ v ਵੀਰ ਨੂੰ ਆਪਾਂ ਕਮਨ ਕਰ ਲਿਆ ਇਹ ਕੀ ਆ ਗਿਆ r1 प्लस r2 प्लस r3 ਠੀਕ ਹੈ ਵੀ ਦਾ ਵੀ ਕੈਨਸਲ ਸਾਡੇ ਕੋਲ ਕੀ ਟੋਟਲ ਰਜਿਸਟੈਂਸ ਕਿ ਦੇ ਇਕੁਅਲ ਆ ਜੇਗੀ ir ir1 ir2 ir3 ਕਲੀਅਰ ਜਦੋਂ ਵੀ ਰਜਿਸਟੈਂਸ ਪੈਰਲਰ ਦੇ ਵਿੱਚ ਕਨੈਕਟਡ ਹੋਣ ਤੇ ਰਜਿਸਟੈਂਸ ਕੀ ਹੁੰਦੀਆਂ ਨੇ ਡਿਵਾਈਡ ਹੋ ਜਾਂਦੀਆਂ ਨੇ ਉਹ ਚਾਪਾ ਸਿੰਪਲੀ ਪਲੱਸ ਕਰ ਦਾਂਗੇ ਇਹਦੇ ਵਿੱਚ ਡਿਵੀਜ਼ਨ ਹੋਏਗੀ ਕਲੀਅਰ ਓਕੇ ਤੇ ਜੇ ਆਪਾਂ ਗੱਲ ਪਾਰ ਦੀ ਕੀਤੀ ਜਾਵੇ ਠੀਕ ਹੈ ਸੀਰੀਜ਼ ਸਰਕਟ ਦੇ ਵਿੱਚ ਕੀ ਹੁੰਦਾ ਜਿਹੜੀ ਪਾਰ ਹੁੰਦੀ ਉਹ ਡਿਵਾਈਡ ਹੁੰਦੀ ਹੈ ਠੀਕ ਹੈ ਪਾਰ ਡਿਵਾਈਡ ਹੋਏਗੀ ਪੀ1 ਜਿਹੜੀ ਆਰ1 ਦੇ ਦੀ ਮਤਲਬ ਪਾਵਰ ਹੋਏਗੀ ਉਹ 1/rp1 ਹੋ ਜੇਗੀ 1/p2 ਹੋ ਜੇਗੀ ਐਂਡ 1/p3 ਬਟ ਪੈਰਲਲ ਸਰਕਟ ਦੇ ਵਿੱਚ ਕੀ ਆ ਪਾਵਰ ਜਿਹੜੀ ਉਹ ਪਲੱਸ ਹੁੰਦੀ ਹੈ p p1 p2 p3 ਠੀਕ ਹੈ ਇਹ ਕੀ ਹੈ ਪਾਰ ਠੀਕ ਹੈ ਹੋਣ ਕਰਦੇ ਆ ਗੱਲ ਇੰਡਕਟਰ ਦੀ ਠੀਕ ਹੈ ਨੈਕਸਟ ਜਿਹੜਾ ਐਲੀਮੈਂਟ ਹੈ ਉਹ ਕਿਹੜਾ ਹੈ ਇੰਡਕਟਰ ਹੈ ਓਕੇ ਇੰਡਕਟਰ ਵੀ ਕੀ ਹੈ ਪੈਸਿਵ ਐਲੀਮੈਂਟ ਹੈ ਬਾਇਲੈਟਰਲ ਐਲੀਮੈਂਟ ਹੈ ਜੋ ਕਿ ਮੈਂ ਸਟਾਰਟਿੰਗ ਦੇ ਵਿੱਚ ਕਰਤਾ ਹੈ ਠੀਕ ਹੈ ਇੰਡਕਟਰ ਦਾ ਕੰਮ ਕੀ ਹੁੰਦਾ ਹੈ ਇੰਡਕਟਰ ਦਾ ਕੰਮ ਹੁੰਦਾ ਹੈ ਸਟੋਰ એનર્ਜੀ ਨੂੰ ਸਟੋਰ ਕਰਦਾ ਹੈ ਇਨ ਦੀ ਫਾਰਮ ਆਫ ਮੈਗਨੈਟਿਕ ਫੀਲਡ ਠੀਕ ਹੈ ਇਟ ਸਟੋਰਸ એનર્ਜੀ ਠੀਕ ਹੈ ਜਿਹੜਾ ਰਜਿਸਟਰ ਵਾ ਰਜਿਸਟਰ ਡਿਸਿਪੇਟ ਕਰਦਾ ਹੈ એનર્ਜੀ ਨੂੰ ਠੀਕ ਹੈ ਇਹ ਸਟੋਰ ਕਰਦਾ ਹੈ ਇਟ ਸਟੋਰਸ એનર્ਜੀ ਇਨ ਦੀ ਫਾਰਮ ਆਫ ਇਨ ਦੀ ਫਾਰਮ ਆਫ ਮੈਗਨੈਟਿਕ ਫੀਲਡ ਇਹਨੂੰ ਧਿਆਨ ਚ ਰੱਖਣਾ ਜੀ ਮੈਗਨੈਟਿਕ ਫੀਲਡ ਇਨ ਦੀ ਫਾਰਮ ਆਫ मैग्नेटिक फील्ड ठीक है इंडक्टर ठीक है एनर्जी में स्टोर करता है ये एक कल आएगा वीटी ठीक है आ सिबल है इंडक्टर का ओके ये कि आएगा वीटी इज इक्वल टू एल एल की इंडक्टेंस, ठीक है कोयल द एल की आ एल इज द इंडक्टेंस ऑफ अ कोयल एल डी आई पोन डी टी ਇਹ ਕਦੋਂ ਕਰੰਟ ਸਟੋਰ ਕਰੇਗਾ ਜਦੋਂ ਜਿਹੜਾ ਸਾਡਾ ਮਤਲਬ ਕਰੰਟ ਜਿਹੜਾ ਚੇਂਜ ਹੋਏਗਾ ਠੀਕ ਹੈ ਉਦੋਂ ਇਹ ਮਤਲਬ ਠੀਕ ਹੈ ਡੀ ਆਈ ਪੌਂਡ ਡੀਟੀ ਦਾ ਮਤਲਬ ਕੀ ਆ ਚੇਂਜ ਆਫ ਕਰੰਟ ਤੇ ਜਦੋਂ ਕਰੰਟ ਚੇਂਜ ਹੋਏਗਾ ਉਦੋਂ ਵੋਲਟੇਜ ਜਿਹੜੀ ਆ ਉਹ ਵੀ ਇੰਡਿਊਸ ਹੋਏਗੀ ਸਰਕਟ ਦੇ ਵਿੱਚ ਇਹਦੇ ਇੰਡੈਕਟਰ ਦੇ ਵਿੱਚ ਠੀਕ ਹੈ ਕਰੰਟ ਕਿਹੜਾ ਫਲੋ ਕਰਦਾ ਪਿਆ ਆਈ ਟੀ ਤੇ ਵੋਲਟੇਜ ਕੀ ਆ ਵੀ ਟੀ ओके okay, क्लियर हो गया ठीक है ਤੇ ਇਹਦੀ ਜਿਹੜੀ એનર્ਜੀ ਸਟੋਰ ਕਰਦਾ ਏ ਠੀਕ ਹੈ ਸਟੋਰਡ એનર્ਜੀ ਸਟੋਰਡ એનર્ਜੀ ਕਿਹਦੇ ਕੋਲ ਹੋਏਗੀ ਇਨ ਇੰਡਕਟਰ ਇਹ ਕਿਹਦੇ ਕੋਲ ਹੋਏਗੀ ਇਹਦੀ ਵੈਲਿਊ ਇਹਦੀ ਵੈਲਿਊ ਹੋਏਗੀ w 1/2 li^2 li^2 ਇਹ ਦਾ ਫਾਰਮੂਲਾ ਹੈਗਾ ਜਿੱਦਾਂ ਜਿਹਨਾਂ ਨਾਲ એનર્ਜੀ ਸਟੋਰ ਹੋ ਰਹੀ ਹੈ ਠੀਕ ਹੈ ਨੈਕਸਟ ਗੱਲ ਕਰਦੇ ਹਾਂ ਜੇ ਇੰਡਕਟਰਸ ਨੂੰ ਸੀਰੀਜ਼ ਦੇ ਵਿੱਚ ਜੋੜ ਦਿੱਤਾ ਜਾਵੇ ਤੇ ਕੀ ਹੋਏਗਾ ਠੀਕ ਹੈ ਇੰਡਕਟਰਸ ਇਨ ਸੀਰੀਜ਼ ਇੰਡਕਟਰਸ ਇਨ ਸੀਰੀਜ਼ conductors in series okay uh, a ek conductor e inu l1 da keh uh, dange a dusra inductor e inu l2 keh dange te tisra inductor e inu l3 keh dange theek hai similarly jidda pa series circuit di gall kiti hi je ch register series connect kiti hai ese tarike nal ਜਿਹੜਾ uh, ਸਾਡਾ L1 ਨੇ ਇਹਦੇ ਕ੍ਰੋਸ ਜਿਹੜੀ ਵੋਲਟੇਜ ਹੋਏਗੀ ਉਹ ਕਿੰਨੀ ਹੋ ਜਾਏਗੀ V1 L2 ਦੇ ਕ੍ਰੋਸ ਜਿਹੜੀ ਰੈジਸਟੈਂਸ ਹੋਏਗੀ ਅ ਸੌਰੀ ਵੋਲਟੇਜ ਹੋਏਗੀ ਉਹ V2 ਹੋ ਜਾਏਗੀ L3 ਦੇ ਕ੍ਰੋਸ ਜਿਹੜੀ ਵੋਲਟੇਜ ਹੋਏਗੀ ਉਹ V3 ਹੋ ਜਾਏਗੀ ਕਲੀਅਰ ਤੇ ਇਹਦੀ ਵੈਲਿਊ ਕਿੰਨੀ ਆ ਜਾਏਗੀ ਅ V V1 ਜਿਹੜਾ ਇਹਦੇ ਵਿੱਚ ਕਰੰਟ ਫਲੋ ਕਰੇਗਾ ਉਹ ਕਿੰਨਾ ਹੋਏਗਾ I v is equal to v1 v2 plus v3 ਠੀਕ ਹੈ v ਦੀ ਵੈਲਿਊ ਕਿਹਦੇ ਇਕੁਅਲ ਹੀ l di upon dt ਠੀਕ ਹੈ l1 ਠੀਕ ਹੈ l1 ਦੀ ਗੱਲ ਕਰਦੇ ਪਏ ਆ v1 ਦੀ ਗੱਲ ਕੀਤੀ ਸੀ di upon dt plus l2 di upon dt plus l3 di upon dt ਠੀਕ ਹੈ ਇਹ ਚ ਕੋਮਨ ਕੀ ਨਿਕਲੇਗਾ ਕਾਮਨ ਨਿਕਲੇਗਾ DI/DT ਜਿਹੜਾ ਵਾ ਕਾਮਨ ਨਿਕਲਾਏਗਾ ਠੀਕ ਹੈ DI/DT ਤੇ ਇੱਥੇ ਕੀ ਆ ਜਾਏਗਾ L1 प्लास L2 प्लास L3 ਠੀਕ ਹੈ DI/DT ਦੇ ਨਾਲ DI/DT ਕੈਨਸਲ ਸਤੇ ਜਦੋਂ ਆਪਾਂ ਸੀਰੀਜ਼ ਦੇ ਵਿੱਚ ਇੰਡਕਟਰ ਕਨੈਕਟ ਕਰਾਂਗੇ ਤੇ ਕੀ ਹੋਏਗਾ Lk ਦੀ ਇਕੁਅਲ ਆ ਜਾਏਗਾ L1 प्लास L2 प्लास L3 ਦੇ ਇਕੁਅਲ ਆ ਜਾਏਗਾ ਓਕੇ ਜਦੋਂ ਆਪਾਂ ਇਹਨੂੰ ਸੀਰੀਜ਼ ਦੇ ਵਿੱਚ ਕਨੈਕਟ ਕਰਾਂਗੇ ਮਤਲਬ ਕੀ ਹੈ ਕਿ ਜੇਕਰ ਇੰਡਕਟਰ ਸੀਰੀਜ਼ ਦੇ ਵਿੱਚ ਕਨੈਕਟਡ ਨੇ ਤੇ ਉਹਦਾ ਆਪਾਂ ਸਿੰਪਲੀ ਸਮ ਕਰ ਦੇਣਾ ਹੈ ਸਿੰਪਲੀ ਸਮ ਕਰ ਦੇਣਾ ਹੈ ਮਤਲਬ ਸਿੰਪਲੀ ਉਹਨੂੰ ਜੋੜ ਦੇਣਾ ਹੈ ਨੈਕਸਟ ਕੀ ਹੈ ਇੰਡਕਟਰਸ ਇਨ ਸੀਰੀਜ਼ ਪੈਰਲਲ ਇੰਡਕਟਰਸ ਇਨ ਪੈਰਲਲ ਠੀਕ ਹੈ ਇਸ ਕੇਸ ਦੇ ਵਿੱਚ ਕੀ ਹੋਏਗਾ ਕਿ ਇੰਡਕਟਰਸ ਨੂੰ ਅਸੀਂ ਪੈਰਲਰ ਦੇ ਵਿੱਚ ਕਨੈਕਟ ਕਰ ਦਾਂਗੇ ਇਸ ਤਰੀਕੇ ਦੇ ਨਾਲ ਇਹ ਕੰਡਕਟਰ ਜਿੰਨੇ ਮਰਜ਼ੀ ਕਨੈਕਟ ਕਰ ਸਕਦੇ ਆ ਇਸ ਸਰਕਟ ਦੇ ਵਿੱਚ ਜੋ ਗਿਵਨ ਹੋਏਗਾ ਉਹਦੇ ਸਾਬ ਦੇ ਨਾਲ ਹੀ ਕਰਾਂਗੇ ਲਓ ਠੀਕ ਹੈ ਇਹ L1 L2 L3 ਕਲੀਅਰ ਹੁਣ ਇਹਦੇ ਵਿੱਚ ਕਰੰਟ ਫਲੋ ਕਰਦਾ ਪਿਆ I ਤੇ ਵੋਲਟੇਜ ਕਿੰਨੀ ਹੈ V ਵੋਲਟੇਜ ਕਿੰਨੀ ਹੈ V ਹੁਣ ਇਸ ਕੇਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਪਹਿਲਾਂ ਇਹ ਦੇਖ ਲਈਏ ਜਿਹੜਾ ਕਰੰਟ I I1 L1 ਦੇ ਥਰੂ ਫਲੋ ਕਰੇਗਾ L2 ਦੇ ਥਰੂ ਜਿਹੜਾ ਕਰੰਟ ਫਲੋ ਕਰੇਗਾ ਉਹ I2 ਹੋਏਗਾ ਤੇ L3 ਦੇ ਥਰੂ ਜਿਹੜਾ ਕਰੰਟ ਫਲੋ ਕਰੇਗਾ ਉਹ I3 ਹੋਏਗਾ ਕਲੀਅਰ ਓਕੇ ਤੇ ਇਹਦੇ ਵਿੱਚ ਸਿੰਪਲੀ ਕੀ ਆ ਕਰੰਟ ਕਿਹੜਾ ਆ ਗਿਆ I1 Plus +i2 +i 3 ਠੀਕ ਹੈ ਤੇ ਸਿੰਪਲੀ ਜਿਸ ਤਰ੍ਹਾਂ ਆਪਾਂ ਸੀਰੀਜ਼ ਸਰਕਟ ਦੇ ਪੈਰਲਲ ਸਰਕਟ ਦੇ ਵਿੱਚ ਕੀਤਾ ਹੈ ਰੈਜ਼ਿਸਟੈਂਸ ਵਾਲੇ ਕੇਸ ਦੇ ਵਿੱਚ ਠੀਕ ਹੈ ਇਹ ਇਹਦੀ ਵੀ ਜਿਹੜੀ ਵੈਲਿਊ ਹੋਏਗੀ ਉਹ ਕਿਹਦੀ ਇਕੁਅਲ ਹੁੰਦੀ ਹੈ ਐਲ ਡੀਆਈ अपॉन ਡੀਟੀ ਦੇ ਇਕੁਅਲ ਹੀ ਹੁੰਦੀ ਹੈ ਨਾ ਤੇ ਇਸੇ ਤਰੀਕੇ ਦੇ ਨਾਲ ਐਲ ਕਿਦੇ ਇਹਠਾਂ ਚੱਲ ਜਣਾ ਵਾ ਵੀ ਦੇ ਇਹਠਾਂ ਠੀਕ ਹੈ okay, vl ਬਣ ਜਾਏਗਾ ਕਲੀਅਰ ਓਕੇ vl ਬਣ ਗਿਆ ਨਾ di ਪਾਉਂਡ dt ਦੀ ਜੀ ਆਪਾਂ ਗੱਲ ਕਰ ਲਈਏ ਜਿਹੜਾ ਕਰੰਟ ਏ ਇਹ ਕੀ ਹੈ ਜਿਹੜਾ ਕਰੰਟ ਚੇਂਜ ਹੋ ਰਿਹਾ ਉਹਦੀ ਗੱਲ ਕਰਾਂਗੇ ਨਾ di ਪਾਉਂਡ dt ਓਕੇ ਤੇ ਜਿਹੜਾ ਸਾਡਾ ਟੋਟਲ ਰੈਜ਼ਿਸਟੈਂਸ ਇੰਡਕਟੈਂਸ ਆਏਗਾ ਇੰਡਕਟਰ ਇੰਡਕਟਰ ਦੀ ਇੰਡਕਟੈਂਸ ਆਏਗੀ ਉਹ ਕੀ ਆਜੇਗੀ 1/l1 1/l2 1/l3 ਰੈਜ਼ਿਸਟੈਂਸ ਦੀ ਤਰ੍ਹਾਂ ਇਨੂੰ ਵੀ ਆਪਾਂ ਸਿੰਪਲੀ ਪਲੱਸ ਕਰ ਦਾਂਗੇ ਠੀਕ ਹੈ ਜਦ ਆਪ ਡਿਵਾਈਡ ਕਰਕੇ ਪਲੱਸ ਕਰ ਦਾਂਗੇ ਠੀਕ ਹੈ ਉਹ ਚ ਸੀਰੀਜ਼ ਦੇ ਵਿੱਚ ਕਨੈਕਟਡ ਹੀ ਤੇ ਆਪਾਂ ਸਿੰਪਲੀ ਉਹਨੂੰ ਸਿੱਧਾ-ਸਿੱਧਾ ਪਲੱਸ ਕਰਤਾ ਤੇ ਇਹਦੇ ਵਿੱਚ ਕੀ ਆ ਡਿਵਾਈਡ ਕਰਕੇ ਪਲੱਸ ਕਰ ਦਾਂਗੇ ਮਤਲਬ ਹਰੇਕ ਇੰਡਕਟੈਂਸ ਨੂੰ ਪਹਿਲਾਂ ਡਿਵਾਈਡ ਕਰਾਂਗੇ ਫਿਰ ਉਹਨੂੰ ਪਲੱਸ ਕਰ ਦਾਂਗੇ ਤੀਸਰਾ ਐਲੀਮੈਂਟ ਹੈਗਾ ਇਹ ਕੈਪੈਸਟਰ ਤੀਸਰਾ ਐਲੀਮੈਂਟ ਕਿਹੜਾ ਹੈ ਕੈਪੈਸਟਰ ਠੀਕ ਹੈ capacitors in series ਠੀਕ ਹੈ ਜਦੋਂ ਆਪਾਂ ਕੈਪੈਸਟਰਸ ਨੂੰ ਸੀਰੀਜ਼ ਦੇ ਵਿੱਚ ਕਨੈਕਟ ਕਰਾਂਗੇ ਤੇ ਕੀ ਹੋਏਗਾ ਠੀਕ ਹੈ ਪਹਿਲਾਂ ਤਾਂ ਕੈਪੈਸਟਰ ਦਾ ਦੇਖੀਏ ਕਿ ਹੁੰਦਾ ਕੀ ਹੈ ਠੀਕ ਹੈ ਕੈਪੈਸਟਰ ਨੂੰ ਆਪਾਂ ਯੂਜ਼ ਕਿਉਂ ਕਰਦੇ ਆ ਠੀਕ ਹੈ ਕੈਪੈਸਟਰ ਚਾਰਜ ਨੂੰ ਸਟੋਰ ਕਰਦੇ ਨੇ ਇਟ ਸਟੋਰਸ ਜਾ ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ ਕੈਪੈਸਟਰ ਸਟੋਰਸ એનર્ਜੀ ਕੈਪੈਸਟਰ ਸਟੋਰ એનર્ਜੀ ਇਨ ਦੀ ਫਾਰਮ ਆਫ ਇਲੈਕਟ੍ਰੀਕਲ ਫੀਲਡ ਇੰਡਕਟਰ ਇਨ ਦੀ ਫਾਰਮ ਆਫ ਮੈਗਨੈਟਿਕ ਫੀਲਡ ਚ ਕਰਦੇ ਹੀ ਠੀਕ ਹੈ ਮੈਗਨੈਟਿਕ ਫੀਲਡ ਦੀ ਫਾਰਮ ਚ એનર્ਜੀ ਨੂੰ ਸਟੋਰ ਕਰਦੇ ਹੀ ਤੇ ਕੈਪੈਸਟਰ ਜਿਹੜੇ ਆ ਉਹ ਇਲੈਕਟ੍ਰਿਕ ਫਾਰਮ ਦੇ ਵਿੱਚ એનર્ਜੀ ਨੂੰ ਸਟੋਰ ਕਰਨਗੇ ਇਨ ਦੀ ਫਾਰਮ ਆਫ ਇਲੈਕਟ੍ਰਿਕ ਫੀਲਡ ਇਲੈਕਟ੍ਰਿਕ ਫੀਲਡ ओके ਤੇ ਜੇ ਆਪਾਂ ਇਹਦੀ ਇਕੁਏਸ਼ਨ ਬਣਾਈਏ ਤੇ ਉਹ ਕਿਦਾਂ ਬਣੇਗੀ v 1 c i d t ओके ਹੁਣ ਗੱਲ ਕਰਦੇ ਆ ਕਪੈਸਟਰ ਨੂੰ ਸੀਰੀਜ਼ ਚ ਕਨੈਕਟ ਕਰਾਂਗੇ ਤੇ ਕਿਸ ਤਰ੍ਹਾਂ ਇਹਨੂੰ ਕੈਲਕੂਲੇਟ ਕਰ ਸਕਦੇ ਆ ਕਪੈਸਟਰਸ ਇਨ ਸੀਰੀਜ਼ ਠੀਕ ਹੈ ਠੀਕ ਹੈ ਇਹ ਆ ਗਿਆ C1 C2 ਤੇ C3 ਠੀਕ ਹੈ ਜਿਹੜੀ ਕੈਪੈਸਟਰ C1 ਦੇ ਅਕ੍ਰੋਸ ਵੋਲਟੇਜ ਹੋਏਗੀ ਉਹ ਕੀ ਹੋ ਜਾਏਗੀ V1 ਜਿਹੜੀ C2 ਦੇ ਅਕ੍ਰੋਸ ਹੋਏਗੀ ਉਹ ਹੋ ਜਾਏਗੀ V2 ਜਿਹੜੀ C3 ਦੇ ਅਕ੍ਰੋਸ ਹੋਏਗੀ ਉਹ ਹੋ ਜਾਏਗੀ V3 ਕਲੀਅਰ ਹੁਣ ਵੋਲਟੇਜ ਵੀ ਕਿਹਦੇ ਇਕੁਅਲ ਆ ਗਈ ਵੀ1 ਵੀ2 ਵੀ3 ਤੇ ਸਿੰਪਲ ਜਿਹਾ ਆਪਾਂ ਇਸ ਵੈਲਿਊ ਨੂੰ ਵੀ ਦੇ ਵਿੱਚ ਪੁੱਟ ਕਰਾਂਗੇ ਤੇ ਕੀ ਆ ਜਾਏਗਾ ਵੀ 1/c ਅ 1/c ਵੀ ਦੀ ਜਗ੍ਹਾ ਤੇ ਆਪਾਂ ਵੈਲਿਊ ਨੂੰ ਪੁੱਟ ਕਰਨਾ ਨਾ ਇਹ ਆ ਜਾਏਗਾ ਅ i dt 1/ 1/c1 i dt ਕਿਉਂਕਿ ਸੀਰੀਜ਼ ਦੇ ਵਿੱਚ ਕਰੰਟ ਸੇਮ ਰਹਿੰਦਾ ਨਾ 1/c2 i dt 1/c3 i dt ਠੀਕ ਹੈ ਇਹਦੇ ਵਿੱਚ ਨੂੰ ਕਾਮਨ ਕੀ ਨਿਕਲੇਗਾ ਕਾਮਨ ਨਿਕਲੇਗਾ ਕਰੰਟ i dt ਓਕੇ 1/c1 आई डी टी इजिकल टू आई डी टी वन बाय सी वन प्लस वन बाय सी टू प्लस वन बाय सी थ्री ओके तो आई ना आई कैंसल साढ़े को कि टोटल रजिस्टेंस किल आ जाएगी वन बाय सी वन प्लस वन बाय सी टू प्लस वन बाय सी ਠੀਕ ਹੈ ਇਹ ਸਾਡੇ ਕੋਲ ਫਾਈਨਲ ਰਿਜ਼ਲਟ ਆ ਜਾਏਗਾ ਜਦੋਂ ਕਪੈਸਟੈਂਸ ਨੂੰ ਜਾਂ ਕਪੈਸਟਰਸ ਨੂੰ ਸੀਰੀਜ਼ ਦੇ ਵਿੱਚ ਕਨੈਕਟ ਕਰਾਂਗੇ ਆਪਾਂ ਓਕੇ ਹੁਣ ਕਰਦੇ ਆ ਕਪੈਸਟਰਸ ਇਨ ਪੈਰਲਲ ਕਪੈਸਟਰਸ ਇਨ ਪੈਰਲਲ ਓਕੇ ਤੇ ਪੈਰਲਲ ਦਾ ਮਤਲਬ ਕਿ ਜਦੋਂ ਪੈਰਲਲ ਦੇ ਵਿੱਚ ਕੀ ਹੁੰਦਾ ਸਾਰੇ ਜਿੰਨੇ ਵੀ ਸਾਡੇ ਕੋਲ ਐਲੀਮੈਂਟ ਹੋਣਗੇ ਉਹਦੇ ਅਕ੍ਰੋਸ ਜਿਹੜੀ ਵੋਲਟੇਜ ਆ ਉਹ ਸੇਮ ਰਹੇਗੀ ਤੇ ਕਰੰਟ ਜਿਹੜਾ ਵਾ ਉਹ ਡਿਵਾਈਡ ਹੋ ਜਾਏਗਾ ਸੀਰੀਜ਼ ਦੇ ਵਿੱਚ ਵੋਲਟੇਜ ਡਿਵਾਈਡ ਹੁੰਦੀ ਪੈਰਲਲ ਦੇ ਵਿੱਚ ਕਰੰਟ ਡਿਵਾਈਡ ਹੋਏਗਾ ਕਲੀਅਰ ਇੱਕ ਕਰੰਟ ਆਈ ਏ ਇਹਦੇ ਵਿੱਚੋਂ ਆਈ 1 ਆਈ 2 ਤੇ ਤੀਸਰੇ ਦੇ ਵਿੱਚੋਂ ਆਈ 3 ਪੈਰਲਰ ਦੇ ਵਿੱਚ ਕੀ ਹੋਏਗਾ ਜਿਹੜੀ ਟੋਟਲ ਕੈਪੈਸਟੈਂਸ ਜੇਕਰ ਕੱਢਣੀ ਹੋਈ ਆਪਾਂ ਸੀ ਉਹ ਕਿਹਦੇ ਵਿੱਚ ਆ ਜਾਏਗੀ ਸੀ 1 ਸੀ 2 ਸੀ 3 ਓਕੇ ਤੇ ਜਿਹੜੀ એનર્ਜੀ ਸਟੋਰ ਕਰਦਾ ਹੈ ਕੈਪੈਸਟਰ ਠੀਕ ਹੈ ਉਹਦਾ ਫਾਰਮੂਲਾ ਕੀ ਹੁੰਦਾ એનર્ਜੀ ਸਟੋਰਡ ਬਾਏ ਕੈਪੈਸਟਰ is equal to half cv square theek hai inductor jehdi energy store karda hai oh ki hi half li square hi ek ya half cv square hi cv ki ya voltage clear yedina related jehde question ho aa oh ssc de exam de vich aksar puchhe jande ne okay